ਗੰਦ ਪਾਇਆ, ਨਾ ਤੁਸੀਂ ਆਪਣਾ ਮੂੰਹ ਕਵਰ ਕੀਤਾ ਆ, ਤੇ ਨਾ ਤੁਸੀਂ ਪਬਲਿਕ ਦਾ ਪਬਲਿਕ ਨੂੰ ਅੰਦਰ ਵਾੜ ਕੇ ਖੜੇ ਆ। ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਲਾਈਨਾਂ ਬਣਾਓ ਇਹਨਾਂ ਦੀਆਂ, ਤੁਸੀਂ ਆਪਣਾ ਹੀ ਮੂੰਹ ਨੂੰ ਕਵਰ ਕੀਤਾ, ਹੋਰ ਕੀ ਕਰੋਗੇ? ਦੁਕਾਨਾਂ ਬੰਦ ਕਰਾ ਦਿਆਂਗੇ ਅਸੀਂ, ਅਸੀਂ ਇਹ ਦੇਖ ਰਹੇ ਹਾਂ ਕਿ ਤੁਸੀਂ ਕਰਦੇ ਕੀ ਆ। ਤੁਹਾਨੂੰ ਆਪਣੇ ਨਾਲ ਹੀ ਆ, ਪੈਸੇ ਵੱਟਣ ਨਾਲ ਪਬਲਿਕ ਨਾਲ ਕੋਈ ਨੀਗਾ ਵੀ ਇਹ ਜੀਵਤ ਰਹੇ। ਪੈਸੇ ਵੱਟ ਕੇ ਤੁਸੀਂ ਘਰਾਂ ਦੇ ਵਿੱਚ ਅੰਦਰ ਹੀ ਵੜ ਜਾਣਾ ਆ, ਮੁੜ ਕੇ ਬਿਮਾਰੀ ਫੈਲਾਉਂਗੇ। ਕੋਈ ਇਨਸਾਨ ਬਣੋ ਮਾੜੇ ਮੋਟੇ, ਅਤੇ ਗਾਹਕਾਂ ਨੂੰ ਤੁਸੀਂ ਕਹੋ ਕਿ ਜਿਹੜਾ ਵੀ ਗਾਹਕ ਆਉਂਦਾ ਆ ਉਹ ਆਪਣਾ ਮੂੰਹ ਕਵਰ ਕਰੇ, ਔਰ ਮੀਟਰ ਦੀ ਮੀਟਰ ਲਾਈਨ ਬਣਾ ਕੇ ਫਿਰ ਸੌਦਾ ਲਓ। ਬਿਮਾਰੀ ਦਾ ਕੋਈ ਪਤਾ ਨਹੀਂ ਹੈ ਕਿੱਥੋਂ ਆ ਜਾਣੀ ਕਿੱਥੋਂ ਨਹੀਂ, ਇਹਨਾਂ ਨੇ ਤਾਂ ਪੈਸੇ ਵੱਟ ਕੇ ਚੱਲ ਜਾਣਾ। ਰੌਲਾ ਪਾਉਂਦੇ ਦੁਕਾਨਾਂ ਘਲਾਓ, ਦੁਕਾਨਾਂ ਘਲਾਓ, ਤੁਸੀਂ ਇੱਕ ਬੰਦਾ ਆਪਣਾ ਖੜਾ ਕਰੋ, ਕਰੋ ਬੰਦਿਆਂ ਨੂੰ। ਦੁਕਾਨਾਂ ਦੇ ਉੱਤੇ ਲੋਕਾਂ ਨੂੰ ਇਹ ਅਵੇਅਰ ਕਰ ਰਹੇ ਹਾਂ ਕਿ ਭਾਈ ਜਿਹੜਾ ਵੀ ਦੁਕਾਨ ਦੇ ਉੱਤੇ ਕੋਈ ਆ ਰਿਹਾ ਸਮਾਨ ਲੈਣ ਵਾਸਤੇ, ਉਹਨੂੰ ਪਹਿਲਾਂ ਸਭ ਤੋਂ ਇਹ ਕਹੋ ਕਿ ਆਪਣਾ ਮੂੰਹ ਬੰਨੋ, ਔਰ ਸਭ ਤੋਂ ਪਹਿਲਾਂ ਦੁਕਾਨਦਾਰ ਆਪਣਾ ਮੂੰਹ ਬੰਨੇ, ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਲਾ ਕੇ ਰੱਖੇ, ਕਿਉਂਕਿ ਨੋਟਾਂ ਦਾ ਵੀ ਆਦਾਨ ਪ੍ਰਦਾਨ ਹੋ ਰਿਹਾ। ਨੋਟਾਂ ਦੇ ਜ਼ਰੀਏ ਵੀ ਇਹ ਜਿਹੜਾ ਵਾਇਰਸ ਹੈ ਇਹ ਜਾ ਰਿਹਾ, ਅਖਬਾਰ ਦੇ ਜ਼ਰੀਏ ਵੀ ਜਾ ਰਿਹਾ, ਔਰ ਜਦੋਂ ਵੀ ਅਖਬਾਰ ਪੜ੍ਹਨੀ ਹੈ ਜਾਂ ਨੋਟ ਲੈਣੇ ਦੇਣੇ ਆ, ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ ਜਾਂ ਸੈਨੇਟਾਈਜ਼ ਕਰੋ। ਪਬਲਿਕ ਦੀ ਹਿਫਾਜ਼ਤ ਵਾਸਤੇ ਦੁਕਾਨਦਾਰਾਂ ਦਾ ਫਰਜ਼ ਬਣਦਾ ਕਿ ਇਹਨਾਂ ਦੀ ਜੇਕਰ ਪੰਜ ਚਾਰ ਗਾਹਕ ਆ ਗਏ ਇਕੱਠੇ, ਉਹਨਾਂ ਦੀ ਇੱਕ ਇੱਕ ਮੀਟਰ ਦੀ ਦੂਰੀ 'ਤੇ ਉਹਨਾਂ ਨੂੰ ਕਹੋ ਕਿ ਭਰਾਓ ਦੂਰ ਹੋ ਕੇ ਖੜ੍ਹ ਕੇ ਆਪਣਾ ਸੌਦਾ ਲਓ ਅਤੇ ਫਿਰ ਤੁਸੀਂ ਚਲੇ ਜਾਓ। ਕਿਉਂਕਿ ਇਹ ਇੱਕ ਇਕੱਲੇ ਬੰਦੇ ਦਾ ਮਾਮਲਾ ਨਹੀਂ, ਇਹ ਪੂਰੇ ਦੇਸ਼ ਦਾ ਮਾਮਲਾ, ਪੂਰੀ ਦੁਨੀਆ ਦਾ ਮਾਮਲਾ। ਜੇ ਆਪਾਂ ਸਾਵਧਾਨੀਆਂ ਵਰਤਾਂਗੇ ਤਾਂ ਹੀ ਜੀਵਤ ਰਹਾਂਗੇ, ਜੇ ਸਾਵਧਾਨੀਆਂ ਨਹੀਂ ਵਰਤਾਂਗੇ ਤਾਂ ਫਿਰ ਜ਼ਿੰਦਗੀ ਦਾ ਜਿਹੜੇ ਆਰਡਰ ਪੁਲਿਸ ਨੂੰ ਆਰਡਰ ਮਿਲੇ ਨੇ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣ? ਦੇਖੋ ਜੀ, ਦੁਕਾਨਾਂ ਸਬਜ਼ੀਆਂ ਵਾਲੀਆਂ, ਦੁੱਧ ਵਾਲੀਆਂ ਅਤੇ ਜਿਹੜੀਆਂ ਕਰਿਆਨੇ ਵਾਲੀਆਂ ਅਤੇ ਦਵਾਈਆਂ ਵਾਲੀਆਂ, ਇਹ ਚਾਰੇ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਬਾਕੀ ਬਾਜ਼ਾਰ ਬੰਦ ਰਹੂਗਾ। ਲੋਕਾਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਇਹ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਜਾਣ, ਤੁਹਾਡੀ ਇੱਥੇ ਲੋੜ ਨਹੀਂ ਹੈ, ਤੁਸੀਂ ਵੀ ਜਾਓ ਆਪਣੇ ਘਰਾਂ 'ਚ। ਥੈਂਕ ਯੂ।